ਅਮਾਜ਼ੋਨ ਕੈਨੇਡਾ ਚੈਨਲ ਤੇ ਸਭ ਦੋਸਤਾਂ ਦਾ ਸਵਾਗਤ ਹੈ ਅੱਜ ਕੀਤੇ ਐਲਾਨ ਦੇ ਵਿੱਚ ਇਮੀਗ੍ਰੇਸ਼ਨ ਮਨਿਸਟਰ ਮੈਂਡੀਸੀਨੋ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਆਉਣ ਵਾਲੀ ਦਸੰਬਰ 14 ਤੋਂ ਉਹ ਲੋਕ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਕਲੇਮ ਕੀਤਾ ਹੋਇਆ ਸੀ ਅਸਾਈਲਮ ਸੀਕਰ ਦਾ ਕੇਸ ਲਗਾਇਆ ਹੋਇਆ ਸੀ ਅਗਰ ਉਹਨਾਂ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਦੇ ਵਿੱਚ ਕੰਮ ਕੀਤਾ ਹੈ ਪੰਡੈਮਿਕ ਕੋਵਿਡ 19 ਦੇ ਦੌਰਾਨ ਤਾਂ 14 ਦਸੰਬਰ 2020 ਤੋਂ ਉਹ ਪਰਮ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਅਪਲਾਈ ਕਰ ਸਕਦੇ ਹਨ ਲੰਗੀ 14 ਅਗਸਤ ਨੂੰ ਗਵਰਨਮੈਂਟ ਵੱਲੋਂ ਆਪਣੀ ਇੰਟੈਂਸ਼ਨ ਕਲੀਅਰ ਕੀਤੀ ਗਈ ਸੀ ਕਿ ਉਹ ਟੈਂਪੋਰਰੀ ਪਬਲਿਕ ਪਾਲਿਸੀ ਡਿਵੈਲਪ ਕਰਨਗੇ ਉਹਨਾਂ ਲੋਕਾਂ ਲਈ ਉਹਨਾਂ ਰਫਿਊਜੀਜ਼ ਦੇ ਲਈ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਹਨ ਗਵਰਨਮੈਂਟ ਵੱਲੋਂ ਕ੍ਰਿਟੇਰੀਆ ਦੇ ਵਿੱਚ ਇਹ ਵੀ ਰੱਖਿਆ ਗਿਆ ਸੀ ਕਿ ਹੋ ਸਕਦਾ ਹੈ ਕੁਝ ਰਫਿਊਜੀ ਕਲੇਮੈਂਟਸ ਜਿਹੜੇ ਕਿ ਕੋਵਿਡ-19 ਦੇ ਦੌਰਾਨ ਇਸ ਬਿਮਾਰੀ ਦੀ ਪਕੜ ਵਿੱਚ ਆਏ ਹੋਣ ਜਾਂ ਉਹਨਾਂ ਦੀ ਮੌਤ ਹੋ ਗਈ ਹੋਵੇ ਉਹਨਾਂ ਦੇ ਸਪਾਉਸਸਿਸ ਜਾਂ ਉਹਨਾਂ ਦੇ ਡਿਪੈਂਡੈਂਟਸ ਜੋ ਕਿ ਦੇ ਵਿੱਚ 14 ਅਗਸਤ 2020 ਤੋਂ ਪਹਿਲਾਂ ਆ ਚੁੱਕੇ ਹੋਣ ਨੂੰ ਵੀ ਪਰਮਨੈਂਟ ਰੈਜ਼ਿਡੈਂਸ ਦਿੱਤਾ ਜਾਵੇਗਾ ਬਸ਼ਰਤੇ ਕਿ ਇਸ ਵੇਲੇ ਪਰਮਨੈਂਟ ਰੈਜ਼ਿਡੈਂਸ ਦੇਣ ਦੀ ਪ੍ਰਕਿਰਿਆ ਸਿਰਫ ਉਹਨਾਂ ਰੈਫਿਊਜੀ ਕਲੇਮੈਂਟਸ ਦੇ ਲਈ ਹੈ ਜਿਨ੍ਹਾਂ ਨੇ ਹੈਲਥ케ਅਰ ਸੈਕਟਰ ਦੇ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਦਾ ਸਾਹਮਣਾ ਡਾਇਰੈਕਟ ਬਿਮਾਰ ਪੇਸ਼ੈਂਟਸ ਦੇ ਨਾਲ ਹੁੰਦਾ ਰਿਹਾ ਹੈ ਗਵਰਨਮੈਂਟ ਵੱਲੋਂ ਇਹਨਾਂ ਲੋਕਾਂ the contribution ਇਹਨਾਂ ਦੇ sacrifice as a health care workers ਕੀਤੀ ਗਈ ਮਿਹਨਤ ਦੇ ਬਦਲੇ ਪਰਮਨੈਂਟ ਰੈਜ਼ੀਡੈਂਸ ਦਿੱਤਾ ਜਾਣਾ ਹੈ ਕਿਊਬਿਕ ਤੋਂ ਬਾਹਰ ਰਹਿਣ ਵਾਲੇ ਰਫਿਊਜੀ ਕਲੇਮੈਂਟਸ ਕਿਊਬਿਕ ਨੂੰ ਛੱਡ ਕੇ ਹੋਰ ਕਿਸੇ ਵੀ ਸਟੇਟ ਵਿੱਚ ਰਹਿੰਦੇ ਹੋਣ ਡਾਇਰੈਕਟਲੀ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ IRCC ਨੂੰ ਭੇਜਣਗੇ ਜਿੱਥੇ ਉਹਨਾਂ ਦੀ ਐਲੀਜੀਬਿਲਟੀ ਅਸੈਸ ਕੀਤੀ ਜਾਵੇਗੀ ਉਹਨਾਂ ਦੀ ਰਿਕੁਆਇਰਮੈਂਟਸ ਚੈੱਕ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਹੀ ਇਹਨਾਂ ਐਪਲੀਕੈਂਟਸ ਨੂੰ ਪਰਮਨੈਂਟ ਰੈਜ਼ੀਡੈਂਸ ਦਿੱਤਾ ਜਾਵੇਗਾ ਪੀਆਰ ਦਿੱਤੀ ਜਾਵੇਗੀ ਜਿਨ੍ਹਾਂ ਲੋਕਾਂ ਨੇ ਹੈਲਥ ਕੇਅਰ ਦੇ ਵਿੱਚ ਕੰਮ ਕੀਤਾ ਹੈ ਪਰ ਉਹ ਕਿਊਬੈਕ ਦੇ ਵਿੱਚ ਰਹਿੰਦੇ ਹਨ ਤਾਂ ਉਹ ਆਪਣੀ ਐਪਲੀਕੇਸ਼ਨ ਵੀ ਆਈਆਰਸੀਸੀ ਨੂੰ ਭੇਜਣਗੇ ਇੱਕ ਵਾਰ ਜਦੋਂ ਆਈਆਰਸੀਸੀ ਨੇ ਉਹਨਾਂ ਦੀ ਰਿਕੁਆਇਰਮੈਂਟਸ ਚੈੱਕ ਕਰ ਲਈਆਂ ਤਾਂ ਉਸ ਤੋਂ ਬਾਅਦ ਮਿਨਿਸਟਰੀ ਆਫ ਕਿਊਬਿਕ ਹੈ ਜੋ ਉਹ ਇਸ ਗਲਤੀ ਪੁਸ਼ਟੀ ਕਰੇਗੀ ਕਿ ਇਹ ਰਿਕੁਆਇਰਮੈਂਟਸ ਜੋ ਸਪੈਸ਼ਲ ਪ੍ਰੋਗਰਾਮ ਅਸਾਇਮ ਲੰਸ ਸੈਕਿੰਡਸ ਲਈ ਚਲਾਇਆ ਗਿਆ ਸੀ ਉਹਦੇ ਵਿੱਚ ਐਪਲੀਕੈਂਟ ਪੂਰਾ ਉਤਰਦੇ ਹਨ ਤਾਂ ਫਿਰ ਉਹਨਾਂ ਨੂੰ ਕਿਊਬੈਕ ਸਿਲੈਕਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ ਕਿਉਂਕਿ ਕਿਊਬੈਕ ਦੇ ਵਿੱਚ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰਨ ਤੋਂ ਪਹਿਲਾਂ ਕਿਊਬਿਕ ਸਿਲੈਕਸ਼ਨ ਸਰਟੀਫਿਕੇਟ ਲੈਣਾ ਜ਼ਰੂਰੀ ਹੁੰਦਾ ਹੈ ਹੈਲਥ케ਅਰ ਦੇ ਵਿੱਚ ਕੰਮ ਕਰ ਰਹੇ ਜਾਂ ਕਰ ਚੁੱਕੇ ਐਪਲੀਕੈਂਟਸ ਜੋ ਕਿ ਰਿਫਿਊਜੀ ਕਲੇਮੈਂਟਸ ਹਨ ਉਨ੍ਹਾਂ ਦੀ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਐਪਲੀਕੇਸ਼ਨਸ ਆਉਣ ਵਾਲੀ 14 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ 31 ਅਗਸਤ 2021 ਤੱਕ ਨਿਰੰਤਰ ਚੱਲਣਗੀਆਂ ਹਾਲਾਂਕਿ ਇਸ ਤੋਂ ਬਿਨਾਂ ਵੀ ਕੈਨੇਡਾ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਰੈਫਿਊਜੀ ਕੇਸ ਅਪਲਾਈ ਕੀਤਾ ਹੈ ਅਤੇ ਉਹ ਹੈਲਥ케ਅਰ ਤੋਂ ਵੱਖਰੇ ਕਿੱਤਿਆਂ ਦੇ ਵਿੱਚ ਕੰਮ ਕਰ ਰਹੇ ਹਨ ਜਾਂ ਕੋਵਿਡ-19 ਦੇ ਦੌਰਾਨ ਅਸੈਂਸ਼ੀਅਲ ਸਰਵਿਸਿਜ਼ ਦੇ ਰਹੇ ਸਨ ਉਹਨਾਂ ਵੱਲੋਂ ਵੀ ਭਾਰੀ ਮੰਗ ਕੀਤੀ ਗਈ ਹੈ ਵੀਰ ਪਟੀਸ਼ਨ ਵੀ ਪਾਈ ਗਈ ਹੈ ਪਰ ਹਲੇ ਤੱਕ ਇਸ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪੋਜ਼ੀਟਿਵ ਫੈਸਲਾ ਦੇਖਣ ਨੂੰ ਨਹੀਂ ਮਿਲਿਆ ਹੈ ਨਵੀਆਂ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਤੇ ਲਈ ਤੁਹਾਡੇ ਆਪਣੇ ਚੈਨਲ ਇਮੀਜ਼ਨ ਕੈਨੇਡਾ ਦੇ ਨਾਲ ਜੁੜੇ ਰਹੋ